ਹਾਂਜੀ ਦੋਸਤੋ, ਵੈਲਕਮ ਬੈਕ। ਕੀ ਹਾਲ ਚਾਲ ਦੋਸਤੋ? ਕੁਛ ਮਹੀਨੇ ਪਹਿਲਾਂ, ਪਿਛਲੇ ਸਾਲ ਤੁਸੀਂ ਦੇਖਿਆ ਹੋਣਾ, ਮੈਂ ਇੱਕ ਵੀਡੀਓ ਬਣਾਈ ਸੀ। ਆਗਰਾ ਜਾ ਕੇ ਆਇਆ ਸੀ ਮੈਂ, ਪੰਨੀ ਗਲੀ, ਜਿੱਥੇ ਸਵਾਮੀ ਜੀ ਮਹਾਰਾਜ ਜੀ ਦਾ ਜਨਮ ਹੋਇਆ ਸੀ। ਅਤੇ ਉਹਨਾਂ ਨੇ ਉੱਥੇ ਜਿੱਥੇ ਭਗਤੀ ਕੀਤੀ ਸੀ, ਜਿੱਥੇ 18 ਸਾਲ ਭਗਤੀ ਕੀਤੀ ਸੀ, ਉਹ ਸਥਾਨ ਵੀ ਮੈਂ ਦਿਖਾਇਆ ਸੀ, ਉੱਥੇ ਗਿਆ ਸੀ। ਵੀਡੀਓ ਬਹੁਤ ਘੱਟ ਬਣਾਈ ਸੀ ਮੈਂ, ਬਣਾ ਨਹੀਂ ਪਾਇਆ ਸੀ ਕਿਉਂਕਿ ਉੱਥੇ ਕੈਮਰਾ ਅਲਾਊਡ ਨਹੀਂ ਸੀ। ਤਾਂ ਉਸ ਜਗ੍ਹਾ ਦੀ ਸਪੈਸ਼ਲ ਜੋ ਮੇਨ ਸਪੋਟ ਆ, ਉਸ ਦੀ ਬਹੁਤ ਘੱਟ ਵੀਡੀਓ ਦਿਖਾਈ ਸੀ ਮੈਂ। ਤਾਂ ਕੱਲ੍ਹ ਮੈਨੂੰ ਇੱਕ ਆਪਣੇ ਦੋਸਤ ਨੇ ਇੰਸਟਾਗ੍ਰਾਮ 'ਤੇ ਮੈਸੇਜ ਕੀਤਾ, ਉਹ ਆਪਣੀ ਵੀਡੀਓ ਦੇਖ ਕੇ ਆਗਰਾ ਜਾ ਕੇ ਆਈ ਸੀ। ਅਤੇ ਮੈਨੂੰ ਉਹਨਾਂ ਨੇ ਦੱਸਿਆ ਕਿ ਆਪਣੀ ਵੀਡੀਓ ਨੇ ਉਹਦੀ ਕਾਫੀ ਹੈਲਪ ਕੀਤੀ, ਵਲੋਗ ਨੇ, ਅਤੇ ਉਹ ਵੀ ਉੱਥੇ ਜਾ ਕੇ ਆਏ ਨੇ ਆਗਰਾ ਪੰਨੀ ਗਲੀ, ਅਤੇ ਉਹਨਾਂ ਨੇ ਵੀਡੀਓ ਬਣਾਈ ਆ ਅਤੇ ਮੇਰੇ ਨਾਲ ਸ਼ੇਅਰ ਕੀਤੀ ਆ ਇੰਸਟਾਗ੍ਰਾਮ 'ਤੇ, ਮੈਨੂੰ ਭੇਜੀ ਸੀ। ਅਤੇ ਅੱਜ ਉਹ ਵੀਡੀਓ ਮੈਂ ਦਿਖਾਉਣ ਵਾਲਾ। ਅਤੇ ਬਹੁਤ ਬਹੁਤ ਧੰਨਵਾਦ ਉਹ ਵੀਰ ਦਾ, ਉਹਨਾਂ ਨੇ ਵੀਡੀਓ ਬਣਾਈ ਅਤੇ ਮੈਨੂੰ ਭੇਜੀ। ਅਤੇ ਜੋ ਵੀਡੀਓ ਪਿਛਲੀ ਵਾਰ ਰਹਿ ਗਈ ਸੀ ਆਪਣੀ, ਉਸ ਜਗ੍ਹਾ ਮੇਨ ਸਪੋਟ ਦੀ ਮੈਂ ਬਣਾ ਨਹੀਂ ਪਾਇਆ ਸੀ, ਉਹ ਮੈਂ ਅੱਜ ਇਸ ਵੀਡੀਓ 'ਚ ਤੁਹਾਨੂੰ ਦਿਖਾਊਂਗਾ। ਔਰ ਦੋਸਤੋ, ਇਨ ਭਾਈ ਨੇ ਮੁਝੇ ਖੁਦ ਕਿਹਾ ਹੈ ਕਿ ਆਪ ਬਹੁਤ ਸਟਰਗਲ ਕਰਤੇ ਹੋ ਵੀਡੀਓ ਬਣਾਉਣੇ ਮੇਂ, ਕਿਉਂਕਿ ਇਹ ਖੁਦ ਜਾ ਕੇ ਆਏ ਹਾਂ। ਜੋ ਜੋ ਦੋਸਤ ਖੁਦ ਜਾ ਕੇ ਆਤਾ, ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉੱਥੇ ਜਾਣਾ ਇਹੋ ਜਿਹੀ ਲੋਕੇਸ਼ਨਾਂ 'ਤੇ ਕਿੰਨਾ ਔਖਾ ਹੁੰਦਾ, ਕਿਉਂਕਿ ਦੋਸਤੋ ਵੀਡੀਓ ਵਿੱਚ ਤਾਂ ਬਹੁਤ ਸੌਖਾ ਲੱਗਦਾ ਵਾ ਅਤੇ ਬਹੁਤ ਵਧੀਆ ਲੱਗਦਾ, ਲੇਕਿਨ ਜਦ ਔਨ ਫੀਲਡ ਬੰਦਾ ਜਾਂਦਾ ਵਾ ਉੱਥੇ, ਫਿਰ ਬਹੁਤ ਜ਼ਿਆਦਾ ਔਖਾ ਵਾ, ਬਹੁਤ ਜ਼ਿਆਦਾ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ। ਗਰਮੀ ਬਹੁਤ, ਟ੍ਰੈਫਿਕ ਅਤੇ ਖਰਚਾ ਵੀ, ਅਤੇ ਕਈ ਵਾਰ ਕੋਈ ਪ੍ਰੋਬਲਮ ਵੀ ਹੋ ਜਾਂਦੀ ਹੈ, ਜਿਵੇਂ ਉਹ ਵਲੋਗ ਤੁਸੀਂ ਦੇਖਿਆ ਹੋਣਾ ਆਪਣਾ ਪਿਛਲੇ ਸਾਲ, ਅਤੇ ਲੱਭਣਾ ਇੰਨਾ ਔਖਾ ਹੁੰਦਾ। ਇਹ ਉਹ ਵੀਰ ਆ ਜੰਮੂ ਦਾ, ਅਤੇ ਸਾਊਂਡ ਦੀ ਥੋੜ੍ਹੀ ਪ੍ਰੋਬਲਮ ਹੋ ਸਕਦੀ ਹੈ, ਤੁਸੀਂ ਆਵਾਜ਼ ਉੱਚੀ ਕਰ ਲਿਓ, ਫੋਨ ਕੀ ਵੋਲਿਊਮ ਆਪ ਬੜਾ ਸਕਤੇ ਹੋ, ਔਰ ਧਿਆਨ ਸੇ ਸੁਣਨਾ ਕਿ ਇਹ ਭਾਈ ਕਿਆ ਕਹਿ ਰਹੇ ਹੈਂ। ਮਹਾਰਾਜ ਅੰਕਲ ਜੀ, ਅੰਕਲ ਜੀ, ਸਤਸੰਗ ਜੀ, ਇੱਥੇ ਮਹਾਰਾਜ ਜੀ ਦਾ ਜਨਮ ਹੋਇਆ ਸੀ, ਇਸ ਕਮਰੇ ਦੇ ਵਿੱਚ ਮਹਾਰਾਜ ਜੀ ਦਾ ਜਨਮ ਹੋਇਆ ਸੀਗਾ, ਔਰ ਇਸ ਕਮਰੇ ਦੇ ਵਿੱਚ ਬੈਠ ਕੇ ਮਹਾਰਾਜ ਜੀ ਨੇ ਆਪਣਾ ਭਜਨ ਸਿਮਰਨ ਕਰਦੇ ਸੀਗੇ। ਇੱਥੇ ਮਹਾਰਾਜ ਜੀ ਨੇ 18 ਸਾਲ ਬਹਿ ਕੇ ਆਪਣਾ ਭਜਨ ਸਿਮਰਨ ਕੀਤਾ ਸੀਗਾ, ਫਿਰ ਸਤਸੰਗ ਕਰਨਾ ਸ਼ੁਰੂ ਕੀਤਾ ਸੀਗਾ ਮਹਾਰਾਜ ਸ਼ਿਵਦਿਆਲ ਸਿੰਘ ਜੀ। ਪੰਨੀ ਗਲੀ ਆਗਰਾ ਜਿੱਥੋਂ ਰਾਧਾ ਸਵਾਮੀ ਜੀ ਦੇ ਧਰਮ ਦੀ ਸਥਾਪਨਾ ਹੋਈ ਸੀਗੀ, ਜਿਹੜੇ ਆਪਣੇ ਵੱਡੇ ਮਹਾਰਾਜ ਜੈਮਲ ਸਿੰਘ ਜੀ ਗਏ। ਮਹਾਰਾਜ ਜੈਮਲ ਸਿੰਘ ਜੀ ਜਦੋਂ ਆਰਮੀ ਦੇ ਵਿੱਚ ਨੌਕਰੀ ਕਰਦੇ ਸੀ, ਤਾਂ ਉਹ ਬਾਬਾ ਜੀ ਸ਼ਿਵਦਿਆਲ ਸਿੰਘ ਜੀ ਮਿਲਣ ਵਾਸਤੇ ਇੱਥੇ ਆਉਂਦੇ ਸੀ, ਔਰ ਉਹਨਾਂ ਦੀ ਸਤਸੰਗ ਸੁਣਦੇ ਸੀ। ਫਿਰ ਸ਼ਿਵਦਿਆਲ ਮਹਾਰਾਜ ਜੀ ਨੇ ਉਹਨਾਂ ਨੂੰ ਨਾਮਦਾਨ ਦੀ ਬਖਸ਼ਿਸ਼ ਦੇ ਕੇ ਬਿਆਸ ਨਦੀ ਦੇ ਕਿਨਾਰੇ ਸੰਗਤਾਂ ਨੂੰ ਦਰਸ਼ਨ ਦੇ ਕੇ ਉਹਨਾਂ ਦਾ ਜੀਵਨ ਸਵਾਰਨ ਵਾਸਤੇ ਉਹਨਾਂ ਨੂੰ ਇੱਥੋਂ ਭੇਜ ਦਿੱਤਾ ਸੀਗਾ। ਸੰਗਤ ਜੀ ਰਾਧਾ ਸੁਣ, ਇਹ ਅਸਥਾਨ ਮਹਾਰਾਜ ਸ਼ਿਵਦਿਆਲ ਸਿੰਘ ਜੀ ਮਹਾਰਾਜ ਜੀ ਦਾ ਹੈ, ਜਿੱਥੋਂ ਸ਼ਿਵਦਿਆਲ ਸਿੰਘ ਜੀ ਮਹਾਰਾਜ ਜੀ ਨੇ 18 ਸਾਲ ਭਗਤੀ ਕਰਨ ਤੋਂ ਬਾਅਦ ਇਸ ਬੈਂਚ ਤੋਂ ਪਹਿਲੀ ਵਾਰ ਸਤਸੰਗ ਕੀਤੀ ਸੀ। ਇਹ ਉਹਨਾਂ ਦਾ ਸਤਸੰਗ ਸਥਾਨ ਹੈ, ਇੱਥੇ ਬੈਠ ਕੇ ਮਹਾਰਾਜ ਜੀ ਨੇ ਪਹਿਲੀ ਵਾਰ
ਸਤਸੰਗ ਕੀਤੀ ਸੀ। ਇਹਨਾਂ ਦਾ ਸਥਾਨ ਆਗਰਾ ਪੰਨੀ ਗਲੀ ਦੇ ਵਿੱਚ ਹੈ, ਜੋ ਕਿ ਅੱਜ ਮੈਨੂੰ ਬੇਭਾਗੇ ਨੂੰ ਇਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਰਾਧਾ ਸੁਆਮੀ।